ਗੇਟ ਖੋਲਿਆ, ਮੇਨ ਗੇਟ ਖੋਲਿਆ ਅਤੇ ਜਦੋਂ ਅੰਦਰ ਕਿਤੇ ਕਿਤੇ ਜਿੰਦੇ ਜੁੰਦੇ ਕਮਰੇ ਖੋਲ੍ਹੇ ਸੀਗੇ, ਅੰਦਰ ਜਾ ਕੇ ਲਾਈਟ ਜਗਾਈ ਅਤੇ ਗੋਲਕ ਦਾ ਜਿੰਦਾ ਟੁੱਟਾ ਸੀ, ਉੱਥੇ ਕਮਰੇ ਦਾ ਅੰਦਰ ਟੁੱਟਾ ਸੀ ਅਤੇ ਉੱਧਰ ਜਾ ਕੇ ਭਾਂਡਿਆਂ ਦਾ ਜਿੰਦਾ ਉਹਨੂੰ ਟੁੱਟਾ ਸੀਗਾ। ਸਵੇਰੇ 4:30 ਮੈਂ ਇੱਥੇ ਗੁਰਦੁਆਰੇ ਮੇਨ ਗੇਟ ਖੋਲ੍ਹਿਆ, ਮੇਨ ਗੇਟ ਖੋਲ੍ਹਿਆ ਅਤੇ ਜਦੋਂ ਅੰਦਰ ਕਿਤੇ ਕਿਤੇ ਜਿੰਦੇ ਜੁੰਦੇ ਕਮਰੇ ਖੋਲ੍ਹੇ ਸੀਗੇ, ਅੰਦਰ ਜਾ ਕੇ ਲਾਈਟ ਜਗਾਈ ਅਤੇ ਗੋਲਕ ਦਾ ਜਿੰਦਾ ਟੁੱਟਾ ਸੀ, ਉੱਧਰ ਕਮਰੇ ਦਾ ਅੰਦਰ ਟੁੱਟਾ ਸੀ, ਫਿਰ ਉੱਧਰ ਜਾ ਕੇ ਭਾਂਡਿਆਂ ਦਾ ਜਿੰਦਾ ਉਹਨੂੰ ਟੁੱਟਾ ਸੀਗਾ। ਫਿਰ ਸਰਪੰਚ ਸਾਹਿਬ ਨੂੰ ਫੋਨ ਕਰਕੇ ਅਨਾਊਂਸਮੈਂਟ ਕਰਾ ਤੀ ਪਿੰਡ 'ਚ ਕਿ ਗੁਰਦੁਆਰੇ ਚੋਰੀ ਹੋਈ ਆ। ਬਾਅਦ 'ਚ ਪਤਾ ਲੱਗਾ ਕਿ ਪਿੰਡ 'ਚ 6-7 ਚੋਰੀਆਂ ਹੋਰ ਹੋ ਚੁੱਕੀਆਂ ਹਨ, ਅਤੇ ਉਸ ਵੇਲੇ ਪੁਲਿਸ ਨੂੰ ਮੀਡੀਆ ਹੇਠਾਂ ਨੇ ਰਿਪੋਰਟ ਕਰ ਦਿੱਤੀ। ਉਹ ਆਪਣ ਮੌਕਾ ਦੇਖਣ ਆਏ ਆ, ਮੁੜ ਕੇ ਹਾਲ ਤੱਕ ਕੋਈ ਸੀਸੀਟੀਵੀ ਫੁਟੇਜ। ਮੈਂ 7 ਵਜੇ ਦੇ ਕਰੀਬ ਹੁਸ਼ਿਆਰਪੁਰ ਲਈ ਗਿਆ ਅਤੇ ਮੈਨੂੰ ਕੋਈ ਜ਼ਰੂਰੀ ਕੰਮ ਪੈ ਗਿਆ, ਮੈਂ ਨਹੀਂ ਆਪਣੇ ਘਰ ਆਇਆ। ਅਤੇ ਜਦੋਂ ਸਵੇਰੇ ਮੈਨੂੰ ਫੋਨ ਆਇਆ ਅਤੇ ਕਾਫੀ ਜਿਹੜਾ ਮੇਰੇ ਘਰ ਚੋਰ ਆਏ ਅਤੇ ਕਾਫੀ ਉਹਨਾਂ ਚੀਜ਼ਾਂ ਵਗੈਰਾ ਖਿਲਾਰੀਆਂ ਅਤੇ ਨੁਕਸਾਨ ਕੀਤਾ। ਕਿੰਨਾ ਕੁ ਨੁਕਸਾਨ ਹੋ? ਨੁਕਸਾਨ ਭਾਅ ਜੀ ਜਿੱਦਾਂ ਇੱਕ ਸੈੱਟ ਸੋਨੇ ਦਾ ਲੈਗਾ, 4 ਮੁੰਦੀਆਂ ਸੀ ਉਹ ਲੈਗਾ, ਅਤੇ 10-15 ਹਜ਼ਾਰ ਰੁਪਏ ਦੇ ਵਿੱਚ ਸੀ। ਹਾਂਜੀ, ਗੁਰਦੁਆਰੇ ਦੇ ਵਿੱਚ ਵੀ, ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉਹਨੇ ਕੀਤਾ ਅਤੇ ਉਹਦੇ ਵਿੱਚ ਗਰੋਹ ਕਾਫੀ ਤਕੜਾ ਸੀਗਾ ਅਤੇ ਕਾਫੀ ਜਿੱਦਾਂ ਗੁਰਦੁਆਰੇ ਵਿੱਚ ਵੀ 6-7 ਵਾਰ ਦਾ ਤਾਂ ਪਿੰਡ 'ਚ ਵੀ ਕਰ ਗਏ ਆ। ਗੁਰਦੁਆਰਾ ਸਾਹਿਬ ਵੀ ਆ ਕੇ ਉਹਨੇ ਪਹਿਲਾਂ ਜਿੰਦੇ ਲੋਕ ਕੀਤੇ ਆ ਅਤੇ ਫਿਰ 6-7 ਘਰਾਂ 'ਚ ਭਾਅ ਜੀ ਹੋਈ ਆ ਚੋਰੀ। ਅੱਛਾ, ਹਾਂਜੀ। ਬਾਬਾ ਅਗੋਰੀ ਨਾਥ, ਭਗਤੀ ਦੀ ਸ਼ਕਤੀ ਹੈ ਮੇਰੇ ਕੋਲ, ਵਸ਼ੀਕਰਨ ਅਤੇ ਮੁਟਕਰਨੀ ਦੇ ਬੇਤਾਜ ਬਾਦਸ਼ਾਹ ਬਾਬਾ ਅਗੋਰੀ ਨਾਥ, ਮੇਰੇ ਕਿਤੇ ਕੰਮ ਨੂੰ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਸਮੱਸਿਆ ਚਾਹੇ ਜਿੱਦਾਂ ਦੀ ਵੀ ਹੋਵੇ ਜੜ ਤੋਂ ਖਤਮ, ਪਿਆਰ ਚ ਧੋਖਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਕਾਰੋਬਾਰ ਚ ਘਾਟਾ, ਨੌਕਰੀ ਦੀ ਸਮੱਸਿਆ, ਜ਼ਿੰਦਗੀ ਦੀ A to Z ਹਰ ਸਮੱਸਿਆ ਦੇ ਸਮਾਧਾਨ ਲਈ ਇੱਕ ਵਾਰ ਫੋਨ ਜ਼ਰੂਰ ਕਰੋ ਬਾਬਾ ਅਗੋਰੀ ਨਾਥ। ਮੋਬਾਈਲ ਨੰਬਰ 9815705376।